ਇੱਕ ਢਾਡੀ ਜਥਾ ਮਿਲਿਆ। ਮੈਂ ਉਹਨਾਂ ਦਾ ਨਾਮ ਤੇ ਨਹੀਂ ਲਵਾਂਗਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੌਬ ਕਰ ਰਹੇ ਆ। ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ 50,000 ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਜਥੇ ਨੂੰ ਕੀਤਾ ਹੋਇਆ ਵੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂ ਖੜੇ ਹੋ। ਇਹ ਮੇਰਾ ਝੂਠਿਆ ਪਹਿਲੀ ਗੱਲ ਤੇ, ਜਿੰਨਾ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਵੀਰਾਂ ਦਾ ਉਨਾ ਉਹ ਸਾਡਾ ਵੀ ਆ। ਅੰਮ੍ਰਿਤਪਾਲ ਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਹਾਂ, ਉਹਨਾਂ ਦੇ ਕੇਸ ਲੜਦੇ ਰਹੇ ਤੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ? ਉਹਨੇ ਇਹਨੂੰ ਕੋਈ ਡਾਊਟ ਆ ਉਸ ਜਥੇ ਦਾ ਨਾਂ ਲਵੇ, ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦਿਆਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ। ਅਸੀਂ ਅੰਮ੍ਰਿਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਹਾਂ, ਪਹਿਲਾਂ ਵੀ ਕਰਦੇ ਸੀ ਤੇ ਗਾਂਹ ਵੀ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰਾ ਵੀਰ ਜਿਹਨੇ ਇੱਕ ਵੀਡੀਓ ਪਾਈ ਆ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਢਾਡੀ ਨੂੰ ਇਸ ਕਰਕੇ ਜੁਰਮਾਨਾ ਕੀਤਾ ਕਿ ਉਹ ਅੰਮ੍ਰਿਤਪਾਲ ਜੀ ਦੇ ਹੱਕ 'ਚ ਬੋਲਿਆ। ਇਹ ਨਿਰਾ ਝੂਠ ਆ, ਕਿਉਂਕਿ ਪਹਿਲੀ ਗੱਲ ਤਾਂ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਸੀ ਜਿਸ ਜਥੇ ਦੀ ਉਹ ਗੱਲ ਕਰ ਰਿਹਾ। ਉਸ ਵੀਰ ਨੇ ਕਿਸੇ ਜਥੇ ਦਾ ਨਾਂ ਨਹੀਂ ਲਿਆ। ਪਹਿਲੀ ਗੱਲ ਤਾਂ ਜਿੰਨਾ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਵੀਰਾਂ ਦਾ ਉਨਾ ਉਹ ਸਾਡਾ ਵੀ ਆ, ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਅਸੀਂ ਤਾਂ ਸਿਫਤ ਕਰਦੇ ਹਾਂ, ਤਾਂ ਉਹਦੀ ਹਮਾਇਤ ਕਰਦੇ ਹਾਂ ਕਿ ਉਹਨੇ ਵਧੀਆ ਕਾਰਜ ਕੀਤਾ ਸੀ। ਉਹਨੇ ਜਿਹੜਾ ਬੱਚਿਆਂ ਨੂੰ ਅੰਮ੍ਰਿਤ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ, ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਲਹਿਰ ਵਿੱਢੀ ਸੀ। ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਹਾਂ, ਇੱਥੋਂ ਤੱਕ ਕਿ ਉਹਦਿਆਂ ਦੇ ਕੇਸ ਵੀ ਲੜਦੇ ਰਹੇ ਹਾਂ। ਅੰਮ੍ਰਿਤਪਾਲ ਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਹਾਂ, ਉਹਨਾਂ ਦੇ ਕੇਸ ਲੜਦੇ ਰਹੇ ਤੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ? ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ, ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ। ਅਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਡਿਬਰੂਗੜ੍ਹ ਜੇਲ੍ਹ 'ਚ ਖੜ੍ਹੇ ਸੀ, ਉਹਨਾਂ ਦੀ ਸਪੋਰਟ ਕਰਦੀ ਰਹੀ ਆ, ਉਹਨਾਂ ਦੇ ਕੇਸ ਵੀ ਲੜਦੀ ਰਹੀ ਆ, ਉਹਨਾਂ ਦੀਆਂ ਮੁਲਾਕਾਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ ਆ। ਇਲੈਕਸ਼ਨਾਂ ਦਾ ਮਸਲਾ ਵੱਖਰਾ ਹੋ ਸਕਦਾ ਆ, ਨਾ ਅਸੀਂ ਕੋਈ ਸਿਆਸੀਆਂ 'ਤੇ ਨਾ ਹੀ ਅਸੀਂ ਸਿਆਸਤ 'ਚ ਕੋਈ ਇੰਟਰਸਟ ਲੈਂਦੇ ਹਾਂ, ਪਰ ਇਸ ਵੀਰ ਨੂੰ ਜਿਹਦੇ ਉਹਦਾ ਕੋਈ ਉਹਨੇ ਇਹਨੂੰ ਕੋਈ ਡਾਊਟ ਆ ਅਤੇ ਉਸ ਜਥੇ ਦਾ ਨਾਂ ਲਵੇ, ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦਿਆਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਜੇ ਕਿਸੇ ਦਾ ਇਹਨੂੰ ਡਾਊਟ ਆ। ਪਰ ਇਸ ਵੀਰ ਨੇ ਕਿਸੇ ਦਾ ਨਾਂ ਨਹੀਂ ਲਿਆ। ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜਥਾ ਕਿਹੜਾ ਵਾ, ਅਤੇ ਉਹਨੂੰ ਨਾਲੇ ਘੋਖ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ। ਅਸੀਂ ਅੰਮ੍ਰਿਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਹਾਂ, ਪਹਿਲਾਂ ਵੀ ਕਰਦੇ ਸੀ ਅਤੇ ਗਾਂਹ ਵੀ ਕਰਦੇ ਰਹਾਂਗੇ। ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦਊਗਾ, ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅੰਮ੍ਰਿਤ ਸੰਚਾਰ ਕਰੂਗਾ, ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ, ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਸੀ, ਗਾਂਹ ਵੀ ਕਰਦੇ ਰਹਾਂਗੇ। ਅਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਅਤੇ ਬਿਨਾਂ ਕਿਸੇ ਨਾਂ ਤੋਂ, ਬਿਨਾਂ ਕਿਸੇ ਕਾਰਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ। ਜੇ ਕਿਸੇ ਨੂੰ ਕੋਈ ਮਤਲਬ ਕੇਸ 'ਚ ਕਿਸੇ ਨੂੰ ਜੁਰਮਾਨਾ ਵਾਰਨਿੰਗ ਹੋਇਆ ਵੀ ਹੋਊ ਤਾਂ ਉਹ ਬਕਾਇਦਾ ਪੜਤਾਲ ਹੋਈ ਹੋਊਗੀ। ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ। ਭਾਈ ਅੰਮ੍ਰਿਤਪਾਲ ਸਿੰਘ ਜਿੰਨਾ ਕੁ ਇਹਨਾਂ ਵੀਰਾਂ ਦਾ ਉਨਾ ਸਾਡਾ ਵੀ ਆ ਅਤੇ ਗਾਂਹ ਵੀ ਰਹੇਗਾ। ਇੰਨੀਆਂ ਹੀ ਬੇਨਤੀਆਂ ਕਰਦਾ, ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।